ਤੀਜੇ ਵਿਸ਼ਵਾਸ ਕਹਿ ਮਿੰਜੇ ਵਿਸ਼ਵਾਸ ਪੜ੍ਹਾਉਣ ਵਾਲੇ ਵੀ ਬੁਰੇ ਹਾਲ ਤੁਹਾਰੇ। ਚੱਲ ਅੱਛਾ ਅਗਲਾ ਸਵਾਲ ਹੋਰ ਪੁੱਛਦਾ ਵੀ ਅਗਲੇ ਬੰਦੇ ਦੇ। ਚੱਲ ਤੂੰ ਦੱਸ ਅਕਬਰ ਨੇ ਆਪਣੀ ਪਹਿਲੀ ਲੜਾਈ ਕਿਸਕੇ ਸਾਥ ਲੜੀ ਸੀ? ਅਕਬਰ ਨੇ ਆਪਣੀ ਪਹਿਲੀ ਲੜਾਈ ਤਲਵਾਰ ਕੇ ਸਾਥ ਲੜੀ ਸੀ। ਡਰਾਟ ਕਿਹਦੇ ਲਿਆ ਤੂੰ ਓਏ? ਮੰਮੀ ਲੈ ਆਂਦੇ ਆਂਦੇ ਲੱਕੜੂ ਲਿਓਏ। ਲੱਕੜੂ ਲਿਓਣੇ? ਹਾਂਜੀ। ਰੱਸੀ? ਰੱਸੀ ਲਿਓ। ਤਾਂ ਬੈਗ ਕੇ ਕਿਤਾਬ ਪਾਣੀ ਹੋਣੀ ਆਂ ਤੇਰੇ ਚ ਦੋ ਕਿਤਾਬ ਪਾਣ ਕਣ ਰੱਸੀ ਕਣ ਡਰਾਟ ਹੀ ਪਾਇਆ ਹੈ। ਹਾਂਜੀ। ਲੱਕੜੂ ਵੀ ਲੈ ਕੇ ਜਾਣੇ ਆ। ਕੀ ਕਰੀਏ ਮਾਸਟਰ ਜੀ, ਸੱਜੇ ਖਾਣੇ ਤੋਂ ਬਣਾਣਾ ਲੱਕੜੂ ਤੇ ਚਾਹੀਦੇ। ਲਾਈਕ ਚੱਲ ਬੈਠ ਪੜੂ ਅਡੋ ਤੂੰ ਪੜ ਮਤ। ਮੈਂ ਉਹ ਅਕਲ ਦਵਾਂ ਤੇ ਹੱਲੇ ਨਹੀਂ ਹੈ। ਦੁੱਧ ਪੀਆ ਕਰ ਦੁੱਧ, ਅਕਲ ਆਉਂਦੀ ਅਕਲ। ਝੂਠ ਬੋਲਿਆ ਤੇ ਮਾਸਟਰ ਜੀ ਤੂੰ। ਮੈਂ ਝੂਠ ਬੋਲਾ? ਹਾਂਜੀ ਮਾਸਟਰ ਜੀ। ਰਹਿ ਗਈ ਆ, ਅਗਰ ਦੁੱਧ ਪੀਣੇ ਤੇ ਅਕਲ ਆਉਂਦੀ ਤਾਂ ਅੱਜ ਉਹ ਮੇਰਾ ਕੱਟੂ ਤਾਂ ਸਾਇੰਟਿਸਟ ਬਣੇ ਹੁੰਦਾ। ਬਦਤਮੀਜ਼, ਕੱਟੂ ਤਾਂ ਨਹੀਂ ਬਣਦੇ ਸਾਇੰਟਿਸਟ। ਚੱਲ ਅਗਲਾ ਪ੍ਰਸ਼ਨ ਪੁੱਛਦਾ ਮੈਂ। ਚੱਲ ਤੂੰ ਦੱਸ ਅਕਲ ਵੱਡੀ ਕੀ? ਮੈਂ ਵੱਡੀ? ਮੈਂ ਹੀ ਵੱਡੀ ਹੁੰਦੀ ਮਾਸਟਰ ਜੀ। ਸਹਿਗੀ ਆ, ਅਕਲ ਤਾਂ ਤੇ ਹੁੰਦੀ ਦੁੱਧਾ ਤੇ, ਦੁੱਧ ਕਿਤਾਂ ਤੇ ਹੁੰਦਾ ਮੇਰੇ ਤੇ, ਤਾਂ ਮੈਂ ਹੀ ਵੱਡੀ ਹੋਈ ਨਾ। ਐਂ ਤਾਂ ਇੱਕ ਨੰਬਰ ਦੇ ਚੱਲ ਤੋਂ ਹੈ, ਕਿਹਨੇ ਨੇ ਕਿਹਨੇ ਕਮਾਈ ਹਿੰਦੇ ਗੱਲਾਂ ਜੋ। ਬੈਠ ਨਲਾਇਕ। ਅੱਛਾ ਅਗਲਾ ਪ੍ਰਸ਼ਨ ਹੈ। 1869 ਮੇਂ ਕਿਆ ਹੁਆ ਥਾ? ਚੱਲ ਅੱਛਾ ਤੂੰ ਦੱਸ। ਮਾਸਟਰ ਜੀ ਗਾਂਧੀ ਜੀ ਦਾ ਜਨਮ ਹੋਇਆ ਥਾ। ਸਾਬਾਸ ਸਾਬਾਸ, ਇੱਕ ਲਾਇਕ ਮਿਲਿਆ, ਜਿੰਨੀ ਵਧੀਆ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਅੱਛਾ ਚੱਲ ਤੂੰ ਦੱਸ 1875 ਮੇਂ ਕਿਆ ਹੁਆ ਥਾ? ਗਾਂਧੀ ਜੀ ਜਬ 6 ਸਾਲ ਕੇ ਹੋਏ ਥੇ। ਗਾਂਧੀ 6 ਸਾਲ ਦਾ ਹੈ, ਹੋਰ ਕੁਛ ਨਹੀਂ ਹੋਇਆ ਥਾ। ਮਹਾਨ ਨਲਾਇਕ ਬੈਠ ਚੱਲ। ਸਾਰੇ ਨਲਾਇਕ, ਕੋਈ ਨਹੀਂ ਮਿਲਿਆ ਮੈਨੂੰ ਲਾਇਕ, ਇੱਕ ਮਿਲਿਆ ਸਿਰਫ। ਧੰਨਵਾਦ ਮਾਸਟਰ ਜੀ। ਅੱਛਾ ਜੀ, ਚਲ ਪੁੱਛਦਾ ਮੈਂ ਲਾਸਟ ਪ੍ਰਸ਼ਨ ਹੈ। ਅਗਰ ਪ੍ਰਿਥਵੀ ਕੇ ਅੰਦਰ ਲਾਵਾ ਹੈ ਤੋ ਬਾਹਰ ਕਿਆ ਹੈ? ਮਾਸਟਰ ਜੀ ਵੀ ਬਾਹਰ ਰੱਖੋ। ਸਾਰੇ ਨਲਾਇਕ ਤੋ ਬੈਠ। ਮੇਰੇ ਕੋਪਾ ਕਿਤੇ ਗਲਾਸ ਪਈ ਹੋ ਮੇਰੇ ਪੱਲੇ, ਦੁਨੀਆ ਭਰ ਦੇ ਨਲਾਇਕ, ਕੋਈ ਲਾਇਕ ਨਹੀਂ ਹੈ। ਮੈਂ ਉਹ ਡਫਰੋ ਤੋਂ ਫੇਲ ਹੋ ਜਾਣਾ, ਅਗਲੇ ਮਹੀਨੇ ਪੇਪਰ ਆਈ ਹੈ, ਅਗਰ ਪੜ੍ਹ ਕੇ ਨਹੀਂ ਤਾਂ ਕਿਆ ਹੋਊਗਾ ਤੁਹਾਰਾ। ਪੜ੍ਹਾ ਕਰੋ ਮੈਂ ਥੋੜ੍ਹਾ ਜਿਹਾ ਪੜ੍ਹਾ ਕਰਾ, ਕੁਛ ਤਾਂ ਪੜ੍ਹਾ ਕਰਾ। ਹਾਂਜੀ ਮਾਸਟਰ ਜੀ। ਪੇਪਰ ਆਈ ਕਰਾ ਤਿਆਰੀ ਕਨੇ, ਅੱਜ ਤਾਂ ਪੜ੍ਹਨਾ ਕਰ ਦਿਆ ਸਟਾਰਟ, ਨਹੀਂ ਤਾਂ ਤੁਹਾਂ ਬਿਰੀ।